ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਮਨਿੰਦਰ ਕੌਰ। ਥਾਣਾ ਖਾਲੜਾ ਦੀ ਪੁਲਿਸ ਨੇ ਲੁੱਟਾ ਖੋਆ ਕਰਨ ਵਾਲੇ 4 ਦੋਸ਼ੀ 2 ਮੋਟਰਸਾਈਕਲਾਂ ਸਮੇਤ ਕੀਤੇ ਕਾਬੂ। ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਵੱਲੋਂ ਮਾੜੀ ਅੰਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਖਾਲੜਾ ਦੀ ਪੁਲਿਸ ਨੂੰ ਲੁੱਟ ਖੋ ਕਰਨ ਵਾਲੇ 4 ਨੌਜਵਾਨਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਥਾਣਾ ਮੁਖੀ ਨਰਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਹਨਾਂ ਵਿਅਕਤੀਆਂ ਨੇ ਫਲਿੱਪਕਾਰਟ ਕੋਰੀਅਰ ਕੰਪਨੀ ਵਿੱਚ ਕੰਮ ਕਰਦੇ ਲੜਕੇ ਨੂੰ ਪਿੰਡ ਧੁਨ ਕੋਲ ਦਾਤਰ ਮਾਰ ਉਸ ਕੋਲੋਂ ਮੋਟਰਸਾਈਕਲ ਕੋਰੀਅਰ ਕਿੱਟ ਸਮਾਨ ਸਮੇਤ 22,000 ਰੁਪਏ ਦੀ ਨਕਦੀ ਖੋ ਕੇ ਫਰਾਰ ਹੋ ਗਏ ਸਨ। ਵਾਰਦਾਤ ਤੋਂ ਬਾਅਦ ਇਹਨਾਂ ਦੀ ਤਲਾਸ਼ੀ ਜਾਰੀ ਸੀ। ਇਹ 4 ਨੌਜਵਾਨਾਂ ਨੇ ਇਲਾਕੇ ਵਿੱਚ ਲੁੱਟਮਾਰ ਕਰਨ ਦਾ ਗੈਂਗ ਬਣਾਇਆ ਹੋਇਆ ਸੀ। ਇਹਨਾਂ 4 ਕੋਲੋਂ 2 ਮੋਟਰਸਾਈਕਲ 1 ਦਾਤਰ ਬਰਾਮਦ ਹੋਇਆ ਅਤੇ ਇਹਨਾਂ ਦੀ ਪਛਾਣ ਜੁਗਰਾਜ ਸਿੰਘ, ਦਿਲਰਾਜ ਸਿੰਘ, ਗੁਰਜਰ ਸਿੰਘ ਅਤੇ ਸੁਖਦੇਵ ਸਿੰਘ ਵਾਸੀ ਪਿੰਡ ਪੋਹਵਿੰਡ ਵਜੋਂ ਹੋਈ। ਇਹਨਾਂ ਇਲਾਕੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਫੈਲਾਇਆ ਹੋਇਆ ਸੀ। ਇਹਨਾਂ ਵਿਰੁੱਧ ਮੁਕਦਮਾ ਦਰਜ ਕਰ ਲਿਆ ਗਿਆ ਹੈ। ਇਹਨਾਂ ਵਿੱਚ 2 ਨੌਜਵਾਨ ਨਾਬਾਲਿਗ ਹਨ, ਉਹਨਾਂ ਨੂੰ ਫਰੀਦਕੋਟ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ। ਇਹ ਸਾਰਾ ਆਪਣੇ ਮਾਨਯੋਗ ਐਸਐਸਪੀ ਸਾਹਿਬ, ਐਸਪੀਡੀ ਸਾਹਿਬ, ਡੀਐਸਪੀ ਸਾਹਿਬ ਪਿੰਡ ਵੱਲੋਂ ਜਿਹੜੀ ਸਾਡੇ ਮਾੜੇ ਅਨਸਰਾਂ ਵੱਲ ਵਿੱਢੀ ਗਈ ਮੁਹਿੰਮ ਤਹਿਤ ਮਿਤੀ 17/7/2022 ਨੂੰ ਇੱਕ ਮੁਕੱਦਮਾ ਦਰਜ ਕੀਤਾ ਸੀ। ਇਹਨਾਂ ਨੇ ਪਿੰਡ ਨਾਰਲੀ ਤੋਂ ਤੁਰਨ ਸਾਈਡ 'ਤੇ ਕੁਝ ਆਦਮੀ ਦੇ ਕੋਲੋਂ ਇਹਨਾਂ ਨੇ ਲੁੱਟ ਖੋਹ ਕੀਤੀ ਸੀ। ਉਹਦਾ ਮੋਟਰਸਾਈਕਲ ਅਤੇ ਉਹਦਾ ਪਰਸ ਵਗੈਰਾ ਸਮਾਨ ਲੈ ਕੇ ਹੋ ਗਏ। ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਗ੍ਰਿਫਤਾਰ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। 2 ਦੋਸ਼ੀ ਜਿਹੜੇ ਆ ਉਹ ਜਮਦਾਈ 'ਚ ਭੇਜੇ ਗਏ ਆ ਅਤੇ ਬਾਕੀ ਦੋਸ਼ੀਆਂ ਦਾ ਰਿਮਾਂਡ ਲਿਆ ਗਿਆ ਇਹਨਾਂ ਤੋਂ। ਮੌਕੇ 'ਤੇ ਜਿਹੜੇ 2 ਮੋਟਰਸਾਈਕਲ ਬਰਾਮਦ ਕੀਤੇ ਗਏ, ਇੱਕ ਦਾਤਰ ਅਤੇ ਹੋਰ ਵੀ ਇਹਨਾਂ ਕੋਲ ਪੁੱਛਗਿੱਛ ਜਾਰੀ। ਦੋਸ਼ੀਆਂ ਦੀ ਪਛਾਣ ਕੀ ਹੈ? ਇਹਦੇ ਵਿੱਚ ਇੱਕ ਹੈਗਾ ਮੁੰਡਾ ਦਿਲਰਾਜ ਸਿੰਘ ਅਤੇ ਜੁਗਰਾਜ ਸਿੰਘ ਹੰਸ ਅਤੇ ਗੁਰਜੰਡ ਸਿੰਘ ਅਤੇ ਸੰਦੀਪ ਸਿੰਘ, 4 ਮੁਲਜ਼ਮ ਆ ਜਿਨ੍ਹਾਂ ਨੇ ਸਲਾਹ ਹੋ ਕੇ ਇਹ ਵਾਰਦਾਤ ਕੀਤੀ ਸੀ। ਕਿੱਥੋਂ ਦੇ ਰਹਿਣ ਵਾਲੇ? ਇਹ ਪਹੁਵਿੰਡ ਦੇ ਰਹਿਣ ਵਾਲੇ ਜੀ। ਇਸ ਤੋਂ ਇਲਾਵਾ ਸਰ ਇਹਨਾਂ ਕੋਲ ਹੋਰ ਵੀ ਬਰਾਮਦ ਹੋਇਆ ਜੀ? ਹੋਰ ਅਜੇ ਇਹਨਾਂ ਤੋਂ ਬਰਾਮਦਗੀ ਕੀਤੀ ਜਾ ਰਹੀ ਆ, ਪੁੱਛਗਿੱਛ ਜਾ ਰਹੀ ਹੈ। ਹੋਰ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ, ਉਹਨਾਂ ਬਾਰੇ ਵੀ ਡਿਟੇਲ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ। ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਦਸਤਾ ਮਾਹੌਲ ਨਾਲ ਬਣਾਇਆ ਹੋਇਆ ਜੀ, ਕਾਫੀ ਇਹ ਸਰਗਰਮੀ ਹੈ। ਇਹਨਾਂ ਨੂੰ ਹੁਣ ਪੁੱਛਗਿੱਛ ਕਰਕੇ ਹੋਰ ਵੀ ਇਹਨਾਂ ਕੋਲ ਬਰਾਮਦ ਕੀਤੀ ਜਾਊਗੀ। ਜੋ ਜੋ ਲੁੱਟਿਆ ਸੀ ਉਹਦੇ ਕੋਲੋਂ ਮੁੰਡੇ ਕੋਲੋਂ ਸਾਰਾ ਰਿਕਵਰ ਹੋ ਗਿਆ? ਨਹੀਂ, ਅਜੇ ਇਹਨਾਂ ਤੋਂ ਬਰਾਮਦਕ ਨਹੀਂ ਹੋਇਆ। ਮੋਟਰਸਾਈਕਲ ਜਿਹੜਾ ਸੀ ਉਹ ਹੀ ਬਰਾਮਦ ਕਰ ਲਿਆ, ਜਿਹੜਾ ਲੁੱਟਦਾ ਮੋਟਰਸਾਈਕਲ ਸੀ, ਅਤੇ ਬਾਕੀ ਜਿਹੜੇ ਪੈਸੇ ਸੀ 22,000 ਰੁਪਇਆ ਹੋਰ ਇਹਨਾਂ ਨੇ ਜਿਹੜੇ ਉਹਨਾਂ ਦੇ ਪਾਰਸਲ ਸੀ ਕੰਪਨੀ ਵੱਲੋਂ ਜਿਹੜੇ ਉਹ ਤਕਸੀਮ ਕਰ ਰਿਹਾ ਮੁੰਡਾ, ਉਹ ਪਾਰਸਲ ਵੀ ਬਰਾਮਦ ਕਰਨੇ ਜੀ। ਹਾਂਜੀ ਹਾਂਜੀ, 2 ਜਿਹੜੇ ਆ ਜਮਨੈਲ ਆ ਉਹਨਾਂ ਨੂੰ ਕੱਲ੍ਹ ਤਰਨ ਤਾਰਨ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਅਤੇ ਅੱਜ ਉਹਨਾਂ ਨੂੰ ਫਰੀਦਕੋਟ ਜੇਲ੍ਹ ਦੇ ਵਿੱਚ ਛੱਡ ਕੇ ਆਉਣਾ ਜੀ। ਠੀਕ ਹੈ। ਤਰਨ ਤਾਰਨ ਤੋਂ ਜਗਜੀਤ ਸਿੰਘ ਦੀ ਰਿਪੋਰਟ।